ਕਾਂਗਰਸ ਪਾਰਟੀ ਚਾਹੁੰਦੀ ਸੀ ਬੇਸ਼ੱਕ ਸਰਕਾਰ ਆਵੇ ਨਾ ਆਵੇ ਲੇਕਿਨ ਸਾਡੇ ਦੇਸ਼ ਦਾ ਸਿਧਾਂਤ ਤੇ ਸਾਡਾ ਦੇਸ਼ ਬਚਾ ਰਵੇ ਕੇਜਰੀਵਾਲ ਸਾਹਿਬ ਇਟਸ ਹੀ ਇਜ਼ ਅ ਟੋਟਲੀ ਬੀ ਟੀਮ ਆਫ ਬੀਜਪੀ ਆਪਸ ਵਿੱਚ ਲੋਕਾਂ ਨੂੰ ਲੜਾਉਣਾ ਭਾਈਚਾਰੇ ਨੂੰ ਇੱਕ ਦੂਜੇ ਤੋਂ ਦੂਰ ਕਰਨਾ ਏਜੰਸੀਆਂ ਦਾ ਇਸਤੇਮਾਲ ਕਰਨਾ ਬਿਲਕੁਲ ਜੀ ਬਾਣੀ ਚੋਂਦਾ ਹੈ ਲਖਪੂਰ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਕੁਰ ਨਦਰ ਕਰੇ ਇਹ ਮੈਂ ਸਮਝਦਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਵੈਸੇ ਤਾਂ ਵਿਰੋਧੀਆਂ ਨੇ ਸਰਕਾਰਾਂ ਵਾਲਿਆਂ ਨੇ ਕੁਝ ਮਾਰਨ ਦੀ ਕਸਰ ਨਹੀਂ ਛੱਡੀ। ਹਰ ਤੌਰ ਤਰੀਕਾ ਉਹਨਾਂ ਨੇ ਅਪਣਾਇਆ। ਮੈਂ ਸਮਝਦਾ ਕਿ ਕਨਸਟੀਟਿਊਸ਼ਨ ਨੂੰ ਦੇਸ਼ ਦੇ ਸੰਵਿਧਾਨ ਨੂੰ ਸਿੱਕੇ ਟੰਗਦਾ ਕੇਵਲ ਸਰਕਾਰਾਂ ਦੇ ਵਾਸਤੇ। ਇਹ ਸਭ ਕੁਝ ਕਾਂਗਰਸ ਪਾਰਟੀ ਨੇ ਨਹੀਂ ਕੀਤਾ ਸੀਗਾ ਕਦੇ। ਕਾਂਗਰਸ ਪਾਰਟੀ ਇਹ ਚਾਹੁੰਦੀ ਸੀ ਬੇਸ਼ੱਕ ਸਰਕਾਰ ਆਵੇ ਨਾ ਆਵੇ ਲੇਕਿਨ ਸਾਡੇ ਦੇਸ਼ ਦਾ ਸਵਿਧਾਨ ਤੇ ਸਾਡਾ ਦੇਸ਼ ਬਚਾ ਰਵੇ ਇਹਨੂੰ ਤੋੜ-ਭੋੜ ਨਹੀਂ ਸਕਦੇ ਕੇਵਲ ਸਰਕਾਰ ਬਣਾਉਣ ਦੇ ਖਾਤਰ ਆਪਸ ਵਿੱਚ ਲੋਕਾਂ ਨੂੰ ਲੜਾਉਣਾ ਭਾਈਚਾਰੇ ਨੂੰ ਇੱਕ ਦੂਜੇ ਤੋਂ ਦੂਰ ਕਰਨਾ ਏਜੰਸੀਆਂ ਦਾ ਇਸਤੇਮਾਲ ਕਰਨਾ ਤੇ ਕਿਸ ਪ੍ਰਕਾਰ ਮੈਨੂੰ ਲੱਗਦਾ ਹੈ ਕਿ ਉਹ ਸਭ ਕੁਝ ਸੱਚੇ ਪਾਤਸ਼ਾਹ ਨੇ ਜਿਹੜਾ ਹੁਣ ਰੁਝਾਨ ਵਿਖ ਰਹੇ ਨੇ ਹਿਮਾਚਲ ਦੇ ਰੁਝਾਨ ਕਾਫੀ ਚੰਗੇ ਨਜ਼ਰ ਆ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਇਹ ਹੰਕਾਰ ਦੇ ਖਿਲਾਫ ਮੈਨੂੰ ਲੱਗਦਾ ਇੱਕ ਵੱਡੀ ਜਿੱਤ ਹੋਏਗੀ ਲੋਕ ਇਹ ਕਹਿੰਦੇ ਸੀ ਕਿ ਭਾਰਤ ਕਾਂਗਰਸ ਮੁਕਤ ਭਾਰਤ ਕਰਨਾ ਹੈ ਇਹ ਹਿਮਾਚਲ ਤੋਂ ਇੱਕ ਮੈਨੂੰ ਲੱਗਦਾ ਕਿ ਨਵਾਂ ਮੋੜ ਬਣਿਆ ਜਾਏਗਾ ਫਿਰ ਲਗਾਤਾਰ ਤੁਸੀਂ ਦੇਖੋਗੇ ਉਸ ਤੋਂ ਬਾਅਦ ਗੁਜਰਾਤ ਹੈ Rajasthan ਹੈ ਔਰ ਹੌਲੀ-ਹੌਲੀ ਇਹ ਜਿਹੜਾ ਸਿਸਟਮ ਬਦਲੇਗਾ ਕਿਉਂਕਿ ਲੋਕ ਇਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਦੀਆਂ ਸਰਕਾਰਾਂ ਚੱਲ ਰਹੀਆਂ ਇਹਨਾਂ ਦੇ ਖਿਲਾਫ ਕੋਈ ਖੜਾ ਹੋਣ ਸੋ ਅੱਜ ਲੋਕਾਂ ਨੂੰ ਉਮੀਦ ਵੀ ਜਾਗੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਉਹ ਕਿਤੇ ਨਾ ਕਿਤੇ ਦੇਸ਼ ਨੂੰ ਬਚਾ ਸਕਦੀ ਹੈ ਪਾਜਪ ਨੇ ਤੁਹਾਰਾ ਦਿੱਤਾ ਸੀ ਇਹ ਹਿਮਾਚਲ ਚ ਕੀ ਰਾਜਧਾਨੀ ਬਲਕਿ ਉਹਨਾਂ ਨੇ ਕਹਿੰਦਾ ਰਵੈਤ ਬਦਲਾਂਗੇ ਵੀ ਕਿਉਂਕਿ ਹਿਮਾਚਲ ਦੇ ਵਿੱਚ ਰਵੈਤ ਹੈ ਕਿ ਪਾਰਟੀ ਨੂੰ ਹਰ ਇੱਕ ਨੂੰ ਮੌਕਾ ਦਿੱਤਾ ਜਾਂਦਾ ਬਦਲਦੀ ਹੈ ਕਿ ਉੱਥੇ ਕਾਂਗਰਸ ਭਾਜਪੀ ਉਹ ਪਹਿਲੇ ਵੀ ਇਸ ਵਾਰ ਭਾਜਪੀ ਰਿਪੀਟ ਕਰੂਗੀ ਨਹੀਂ ਜੀ ਚਲੋ ਬੀਜੇਪੀ ਤਾਂ ਬਹੁਤ ਕੁਝ ਕਹਿੰਦੀ ਹੈ ਮੇਰਾ ਖਿਆਲ ਜਿਹੜੀਆਂ ਗੱਲਾਂ ਨਹੀਂ ਕਹਿਣੀਆਂ ਹੁੰਦੀਆਂ ਉਹ ਵੀ ਕਹਿ ਜਾਂਦੀ ਹੈ ਲੇਕਿਨ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਨੂੰ ਹਜੇ ਵੀ ਬਹੁਤ ਸਾਵਧਾਨ ਹੋ ਕੇ ਤੌਰ ਤਰੀਕੇ ਸਾਨੂੰ ਆਪਣੇ ਬਦਲਨੇ ਪੈਣੇ ਹਨ ਔਰ ਜਿਸ ਪ੍ਰਕਾਰ ਸਾਨੂੰ ਅਸੀਂ ਹਿਮਾਚਲ ਚ ਚੰਗਾ ਪ੍ਰਦਰਸ਼ਨ ਕੀਤਾ ਚੰਗੀ ਲੜਾਈ ਵੀ ਲੜੀ ਹੈ ਇਹ ਆਮ ਜਨਤਾ ਦੱਸਦੀ ਹੈ ਕਿ ਜਿਹੜਾ ਹਿਮਾਚਲ ਦੇ ਚੋਣਾਂ ਸਾਨੂੰ ਕਾਂਗਰਸ ਪਾਰਟੀ ਨੇ ਚੰਗੇ ਚੋਣ ਲੜੇ ਹੈ ਬਾਕੀ ਕਹਿੰਦੇ ਕੀ ਹੈ ਨਹੀਂ ਕਹਿੰਦੇ ਮੈਂ ਉਹਨਾਂ ਤੇ ਨਹੀਂ ਜਾਣਾ ਚਾਹੁੰਦਾ ਵਿਰੋਧੀ ਕਹਿੰਦੇ ਹੁੰਦੇ ਗੁਜਰਾਤ ਚ ਅਸੀਂ ਚੰਗਾ ਪਰਫਾਰਮ ਨਹੀਂ ਕਰ ਸਕੇ ਜਿਸ ਤਰ੍ਹਾਂ ਦੇ ਰੁਝਾਨ ਦਸ ਰਿਹਾ ਉਹਦਾ ਕਾਰਨ ਇਹ ਵੀ ਰਿਹਾ ਕਿ ਇਸ ਵਾਰੀ ਜੋ ਪਿਛਲੀ ਅਸੀਂ ਆਪਦੀ ਤਾਕਤ ਦੇ ਨਾਲ ਚੋਣ ਲੜਿਆ ਗੁਜਰਾਤ ਦੇ ਵਿੱਚ ਇਸ ਵਾਰੀ ਅਸੀਂ ਉਨੀ ਤਾਕਤ ਦੇ ਨਾਲ ਗੁਜਰਾਤ ਚੋਣ ਮੇਰਾ ਖਿਆਲ ਨਹੀਂ ਲੜ ਸਕੇ ਉਰੇ ਕਈ ਕਾਰਨ ਸਨ ਕਈ ਕਈ ਚੀਜ਼ਾਂ ਜਿਹੜੇ ਤੇ ਮੈਨੂੰ ਲੱਗਦਾ ਅਸੀਂ ਕਾਂਗਰਸ ਪਾਰਟੀ ਬਾਟ ਕੇ ਪੂਰਨ ਮੰਥਨ ਕਰੇ ਕਲਾ ਰਾਹੁਲ ਗਾਂਧੀ ਹਰ ਥਾਂ ਤੇ ਨਹੀਂ ਪਹੁੰਚ ਸਕਦੇ ਰਾਹੁਲ ਗਾਂਧੀ ਨੇ ਖੱਲੇ ਆਪ ਦੀ ਬਹੁਤ ਸਾਰੀ ਸਰੀ ਸੈਨਾ ਸਾਡੇ ਵਰਗੇ ਲੋਕ ਤਿਆਰ ਕੀਤੇ ਹੋਏ ਹੈ ਇਹ ਸਾਡੇ ਲੋਕਾਂ ਦਾ ਫਰਜ਼ ਮੰਨਦਾ ਹੈ ਕਿ ਅਸੀਂ ਆਪ ਦੀਆਂ ਜ਼ਿੰਮੇਵਾਰੀਆਂ ਸਟੇਟ ਵਾਈਜ਼ ਜਿੱਥੇ-ਜਿੱਥੇ ਸਾਡੀ ਡਿਊਟੀ ਲਈ ਹੈ ਉਹਨਾਂ ਨੂੰ ਨਿਭਾਈਏ ਔਰ ਜੇ ਸਾਡੇ ਸਟੇਟ ਲੀਡਰਸ ਲਾਈਕ ਮੇਰੇ ਵਰਗੇ ਲੋਕ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਜੇ ਰਾਜਾ ਵਿਡਿੰਗ ਆਪ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਇਮਾਨਦਾਰੀ ਨਾਲ ਨਿਭਾਉਣ ਲੱਗ ਲੱਗ ਜੇ ਤਾਂ ਕੋਈ ਦੁਨੀਆ ਦੀ ਤਾਕਤ ਸਾਨੂੰ ਪੰਜਾਬ ਦੇ ਵਿੱਚ ਦਵਾਰੇ ਔਰ तमाम ਸਾਡੇ ਲੀਡਰ ਕਾਂਗਰਸੀ ਇਹ ਇੱਕ ਮਨਚਿਤ ਸਾਫ ਹੋ ਕੇ ਡਿਸਪਲਿਨ ਦੇ ਨਾਲ ਤੇ ਅਸੀਂ ਦੁਬਾਰੇ ਪੰਜਾਬ ਚ ਵੀ ਆ ਜਾਗੇ ਪੂਰੇ ਦੇਸ਼ ਚ ਵੀ ਆ ਜਾਗੇ ਸਭ ਤੋਂ ਵੱਡੀ ਗੱਲ ਮੈਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਕਈ ਲੋਕ ਭਾਜਪੀ ਚ ਗਏ ਮੈਂ ਕਿਹਾ ਕਹਿੰਦੇ ਯਾਰ ਡਿਸਪਲਿਨ ਥੋੜਾ ਉਹਨਾਂ ਦਾ ਡਰ ਪੈ ਬਹੁਤ ਹੈ ਡਿਸਪਲਿਨ ਲੈ ਕੇ ਆਉਣਾ ਪਾਰਟੀ ਚ ਚਾਹੇ ਉਹ ਰਾਜਾ ਵੜਿੰਗਿਆ ਚਾਹੇ ਦਿੱਲੀ ਹੈ ਕੋਈ ਵਿਅਕਤੀ ਹੈ ਚਾਹੇ ਛੋਟੇ ਲੈਵਲ ਤੇ ਹੈ ਜਿਸ ਪਰਿਵਾਰ ਦੇ ਵਿੱਚ ਜਿਸ ਪਾਰਟੀ ਦੇ ਵਿੱਚ ਡਿਸਪਲਿਨ ਆ ਜਾਏਗਾ ਮੇਰੇ ਖਿਆਲ ਸਾਡੇ ਚ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈ ਕਿਤੇ ਨਾ ਕਿਤੇ ਸੋ ਸੈਕਿੰਡ ਗਰਲ ਸਾਨੂੰ ਕੋਈ ਮੁਖਤ ਨਹੀਂ ਕਰ ਸਕਦਾ ਕਾਂਗਰਸ ਨੂੰ ਕਾਂਗਰਸ ਨੂੰ ਅੱਜ ਵੀ ਲੋਕ ਬਹੁਤ ਚਾਹਣ ਵਾਲੇ ਆ ਸਾਡੀਆਂ ਬਾਹਾਂ ਫੜਫੜ ਕੇ ਇਹ ਗੱਲ ਕਹਿੰਦੇ ਆ ਕਿ ਕਰੋ ਕੁਝ ਅਸੀਂ ਤੁਹਾਡੇ ਨਾਲ ਆ ਲੋਕ ਜਿਹੜੇ ਭਾਜਪਾ ਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਆਮ ਆਦਮੀ ਵੋਟਾਂ ਪਾਈਆਂ ਉਹ ਇਹ ਮਹਿਸੂਸ ਕਰਦੇ ਕਿ ਕਾਂਗਰਸ ਇਸ ਦੇਸ਼ ਦੇ ਵਿੱਚ ਇੱਕ ਚੰਗਾ ਰਾਜ ਦੇ ਸਕਦੇ ਸਾਬ ਗੁਜਰਾਤ ਦੇ ਵਿੱਚ ਜੋ ਨਤੀਜੇ ਇਹ ਹਾਲੇ ਤੱਕ ਨਤੀਜੇ ਤੇ ਨਹੀਂ ਕਹਿ ਸਕਦੇ ਉਸ ਨੂੰ ਆ ਰਹੇ ਨੇ ਲੇਕਿਨ ਜੋ ਕੁਝ ਚੱਲ ਰਿਹਾ ਜੋ ਦਿੱਤਾ ਦਾ ਹੇਅਰਫੇਜ ਰੋਜ਼ਾਨ ਜੋ ਆ ਰਹੇ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਸੀ ਕਿ ਸਰਕਾਰ ਆ ਰਹੇ ਹੈ। ਲੀਡਰ ਆਪੋਜੀਸ਼ਨ ਤੇ ਕਹਿ ਰਹੀ ਸੀ ਲੇਕਿਨ ਸਰਕਾਰ ਦੇ ਵੀ ਦਾਅਵੇ ਮੈਂ ਮੇਰੀ ਉਹਨਾਂ ਨੂੰ ਇੱਕ ਹੀ ਬੇਨਤੀ ਹੈ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਅੰਧ ਵਿਸ਼ਵਾਸ ਕੀਤਾ ਤੁਹਾਡੀ ਸੀਟਾਂ ਦਿੱਤੀਆਂ ਤੁਸੀਂ ਇਹਨੂੰ ਚਲਾ ਲਓ। ਕਿਰਪਾ ਕਰਕੇ ਇਹਨੂੰ ਚਲਾ ਲਓ। ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੇ ਤੇ ਵਿਸ਼ਵਾਸ ਗੁਜਰਾਤ ਦੇ ਲੋਕ ਵੀ ਕਰ ਲੈਣਗੇ। ਆਸੇਪਾਸੇ ਹਿਮਾਚਲ ਦੇ ਵੀ ਕਰ ਲੈਣਗੇ। ਹਿਮਾਚਲ ਨੇੜੇ ਸੀ ਇੱਥੋਂ ਛੱਡ ਕੇ ਉਹ ਚਲੇ ਗਏ ਦੇਸ਼ ਦੇ ਲੋਕ ਵਿਸ਼ਵਾਸ ਕਰ ਲੈਂਦੇ ਹਿਮਾਚਲ ਦੇ ਕਰ ਲੈਂਦੇ ਲੇਕਿਨ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋ ਪੰਜਾਬ ਦੇ ਲੋਕਾਂ ਦੀ ਹਾਲਾਤ ਹੋਏ ਨੇ ਪੰਜਾਬ ਦਾ ਅੱਜ ਵਿਅਕਤੀ ਇਹ ਮਹਿਸੂਸ ਕਰਦਾ ਕਿ ਅਸੀਂ ਸਾਡੇ 4 ਸਾਲ ਟਪਾਉਣੇ ਕਿਵੇਂ ਨੇ ਪੰਜਾਬ ਦਾ तमाम ਰਿਸੋਰਸਸ ਸਾਡਾ ਜਾਨੀ ਕਿ ਪੈਸਾ ਸਾਡਾ ਸਮਾਨ ਔਰ ਸਰਕਾਰ ਮੁੱਖ ਮੰਤਰੀ ਸਾਹਿਬ ਆਪ ਉੱਥੇ 25 30 ਦਿਨ ਇੱਥੇ ਦਿਨ ਦਿਹਾੜੇ ਤੁਸੀਂ ਦੇਖ ਹੀ ਰਹੇ ਹੋ ਕੱਲ ਫਿਰ ਨਕੋਦਰ ਦੇ ਵਿੱਚ ਰਾਤ ਨੂੰ ਘਟਨਾ ਵਾਪਰੀ ਮੈਂ ਸਮਝਦਾ ਕਿ ਸਿਕਿਉਰਿਟੀ ਗਾਰਡ ਜੀ ਦੇ ਨਾਲ ਉਹਨੂੰ ਗੋਲੀ ਮਾਰ ਦਿੱਤੀ ਕਿ ਨਵੀਂ ਰਵਾਇਤ ਚੱਲ ਪਈ ਪੁਲਿਸ ਜੀਰੇ ਨਾਲ ਹੈ ਜਿਹਨੂੰ ਫਰੋਤੀ ਮਿਲੀ ਸੀ ਉਹਨੂੰ ਵੀ ਗੋਲੀ ਮਾਰ ਕੇ ਤਿੰਨ ਕਹਿੰਦੀ ਪੁਲਿਸ ਕਰਮਚਾਰੀ ਮਰ ਸੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਕੇਜਰੀਵਾਲ ਸਾਹਿਬ ਨੂੰ ਔਰ ਖਾਸ ਕਰਕੇ ਮਾਨ ਸਾਹਿਬ ਹੁਰਾ ਨੂੰ ਕਿ ਅਸੀਂ ਪੰਜਾਬ ਤੇ ਫੋਕਸ ਕਰੀਏ ਅਸੀਂ ਲੈਣਾ ਕੀ ਹੈ ਪੰਜਾਬੀਆਂ ਨੇ ਸਾਨੂੰ ਜਿਤਾਇਆ ਔਰ ਬਹੁਤ ਵੱਡਾ ਫਤਵਾ ਦਿੱਤਾ ਹੈ ਅਸੀਂ ਪੰਜਾਬ ਦੇ ਵਿੱਚ ਕੁਝ ਐਸਾ ਕਰਕੇ ਦਿਖਾਈਏ ਜੇ ਇੱਥੇ ਕਰਤਾ ਤਾਂ ਆਟੋਮੈਟਿਕਲੀ ਦੇਸ਼ ਦੇ ਅੰਦਰ ਗੱਲ ਜਾਏਗੀ ਉਹ ਤਾਂ ਕਹਿੰਦੀ ਸੀ ਤਾਂ ਪੰਜਾਬ ਦੇ ਵਿੱਚ ਕੀਤਾ ਹੀ ਬਹੁਤ ਕੁਝ ਹੋਰ ਤੁਸੀਂ ਪਾਰਟੀ ਨੇ ਕੀਤਾ ਸੋਚੇ ਕੀਤਾ ਹੁੰਦਾ ਤਾਂ ਉਹਰਾ ਅਸਰ ਹਿਮਾਚਲ ਤੇ ਗੁਜਰਾਤ ਚ ਵੀ ਦਿਖ ਜਾਂਦਾ ਅਸਲ ਵਿੱਚ ਮੈਂ ਪਹਿਲਾਂ ਵੀ ਇਹ ਕਹਿੰਦਾ ਕਿ ਇਹ ਕੇਜਰੀਵਾਲ ਸਾਹਿਬ ਇਟਸ ਹੀ ਇਜ਼ ਅ ਟੋਟਲੀ ਬੀ ਟੀਮ ਆਫ ਬੀਜਪੀ ਆਰਐਸਐਸ ਵਿਚਾਰਤਾਰਾ ਆਰਐਸਐਸ ਨਾ ਪੁਰਾਣਾ ਪਸ਼ੋਕੜ ਇਹ ਉੱਥੇ ਜਾਂਦੇ ਨੇ ਜਿੱਥੇ ਕਾਂਗਰਸ ਲੀਡ ਲੈਂਦੀ ਹੈ ਇਹਨਾਂ ਨੂੰ ਇਹ ਗੱਲ ਦਾ ਪਤਾ ਸੀਗਾ ਅੰਦਰ ਕਿ ਗੁਜਰਾਤ ਦੇ ਵਿੱਚ ਆਲਟਰਨੇਟਿਵ ਕਾਂਗਰਸ ਹੈ ਇਹ ਸਾਡੇ ਵੋਟ ਸ਼ੇਅਰ ਨੂੰ ਕੱਟਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਜਿਹੜੀ ਐਂਟੀ ਇਨਕੰਮਨਸੀ ਸਾਡੇ ਵੱਲ ਆਉਣੀ ਸੀ ਉਹ ਕਿਤੇ ਨਾ ਕਿਤੇ ਰਾਸਤੇ 'ਚ ਰਹਿੰਦੀ ਹੈ ਸੋ ਇਹਨਾਂ ਨੇ ਉਹ ਜੋ ਇਹਨਾਂ ਦਾ ਕੰਮ ਸੀਗਾ ਕੇਜਰੀਵਾਲ ਸਾਹਿਬ ਦਾ ਉਹ ਸਫਲ ਹੋ ਗਿਆ ਗੁਜਰਾਤ ਦੇ ਅੰਦਰ ਇੱਥੋਂ ਚਲੇ ਗਏ ਇਹਨਾਂ ਨੂੰ ਲੱਗਿਆ ਕਿ ਇਹਨਾਂ ਨੂੰ ਡੈਮੇਜ ਕਰਨਗੇ ਇੱਥੋਂ ਉੱਥੋਂ ਭੇਜਤਾ ਗੁਜਰਾਤ ਦੇ ਅੰਦਰ ਉਹਨਾਂ ਨੂੰ ਲੱਗਿਆ ਵੀ ਇਹ ਕਾਂਗਰਸ ਨੂੰ ਕੱਟਣ ਇਹ ਰਾਜਨੀਤੀ ਹੈ ਔਰ ਬੀ ਟੀਮ ਵਾਂਗ ਕੰਮ ਕਰਦੀ ਹੈ ਔਰ ਸਾਡਾ ਹੀ ਇਹ ਕਿਤੇ ਨ ਕਿਤੇ ਵੋਟ ਸ਼ੇਅਰ ਕੱਟ ਦੇ